ਸਰਕਾਰੀ ਫਲੈਟ ਖਾਲੀ ਨਾ ਕਰਨ ਵਾਲੇ ਸਾਬਕਾ ਵਿਧਾਇਕਾਂ ਉੱਪਰ ਹੋਵੇਗੀ ਕਾਨੂੰਨੀ ਕਾਰਵਾਈ ਬਿਕਰਮਜੀਤ ਸਿੰਘ ਮਜੀਠੀਆ ਕੁਲਵੀਰ ਜੀਰਾ ਸਮੇਤ ਹਾਲੇ ਵੀ 8 ਵਿਧਾਇਕ ਨਹੀਂ ਛੱਡ ਰਹੇ ਸਰਕਾਰੀ ਫਲੈਟ ਲੋਕਵਾਜ ਟੀਵੀ ਨਾਲ ਜੁੜਿਆ ਤੁਸੀਂ ਮਾਇਆ ਹਮਤਾਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਸ ਤੋਂ ਬਾਅਦ ਜੋ ਸਾਬਕਾ ਵਿਧਾਇਕ ਸਨ ਜਿਨ੍ਹਾਂ ਦੀ ਹਾਰ ਹੋਈ ਸੀ ਤਾਂ ਉਹਨਾਂ ਨੇ ਜੋ ਸਰਕਾਰੀ ਫਲੈਟ ਨੇ ਉਹ ਖਾਲੀ ਕਰਨੇ ਹੁੰਦੇ ਨੇ ਤਾਂ ਉਹ ਕੀਤੇ ਵੀ ਪਰ ਕਈ ਵਿਧਾਇਕ ਜਿਹੇ ਸਨ ਜਿਨ੍ਹਾਂ ਨੇ ਉਹ ਜੋ ਫਲੈਟਸ ਜੋ ਖਾਲੀ ਨਹੀਂ ਕੀਤੇ ਉਸ ਤੋਂ ਬਾਅਦ ਸਰਕਾਰ ਵੱਲੋਂ ਉਹਨਾਂ ਨੂੰ ਨੋਟਿਸ ਭੇਜਿਆ ਗਿਆ ਕਿ ਤੁਸੀਂ ਜੋ ਫਲੈਟ ਨੇ ਹੁਣ ਤੁਸੀਂ ਸਾਬਕਾ ਵਿਧਾਇਕ ਹੋ ਚੁੱਕੇ ਹੋ ਇਹ ਫਲੈਟਾਂ ਨੂੰ ਖਾਲੀ ਕਰ ਦਿਓ ਉਸ ਤੋਂ ਬਾਅਦ ਫੇਰ ਕੁਝ ਵਿਧਾਇਕਾਂ ਨੇ ਉਹ ਫਲੈਟ ਖਾਲੀ ਕਰ ਦਿੱਤੇ ਪਰ ਜੇ ਗੱਲ ਕਰੀਏ ਹੁਣ ਤਾਂ ਹੁਣ ਤੱਕ 8 ਜਿਹੇ ਵਿਧਾਇਕਣ ਜਿਨ੍ਹਾਂ ਨੇ ਹਾਲੇ ਵੀ ਉਹ ਫਲੈਟ ਖਾਲੀ ਨਹੀਂ ਕੀਤੇ ਜੋ ਉਹਨਾਂ ਦਾ ਕਬਜ਼ਾ ਆਇਆ ਉਸੇ ਤਰ੍ਹਾਂ ਆ ਜਿਸ ਤਰ੍ਹਾਂ ਪਹਿਲਾਂ ਸੀ ਤਾਂ ਸਾਬਕਾ ਵਿਧਾਇਕ ਅਠ ਨੇ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਬਿਕਰਮਜੀਤ ਸਿੰਘ ਮਜੀਠੀਆ ਦਾ ਜੋ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦਾ ਜੋ ਕਬਜ਼ਾ ਆਇਆ ਉਸੇ ਤਰ੍ਹਾਂ ਜਾਰੀਆ ਖੋਦੋ ਜੇਲ੍ਹ ਦੇ ਵਿੱਚ ਨੇ ਪਰ ਉਸ ਦੇ باوجود ਵੀ ਜੋ ਫਲੈਟ ਆ ਸਰਕਾਰੀ ਸਰਕਾਰ ਵੱਲੋਂ ਮਿਲਦਾ ਆ ਵਿਧਾਇਕ ਬਣਨ ਦੇ ਤਾਂ ਉਹ ਛੱਡ ਨਹੀਂ ਰਹੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਪਤਨੀ ਜਿੱਤੀ ਹੈ ਤਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਕੋਈ ਫਲੈਟ ਅਲਾਟ ਹੋ ਜਾਵੇ ਪਰ ਇਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਕੁਲਵੀਰ ਜੀਰਾ ਕੁਲਵੀਰ ਜੀਰਾ ਦਾ ਵੀ ਜੋ ਕਬਜ਼ਾ ਹੈ ਫਲੈਟ ਦੇ ਉੱਪਰ ਉਸੇ ਤਰ੍ਹਾਂ ਚੱਰੀਆ ਉਹ ਵੀ ਆਪਣਾ ਸਰਕਾਰੀ ਫਲੈਟ ਜੋ ਉਹਨਾਂ ਨੂੰ ਮਿਲਿਆ ਸੀ ਵਿਧਾਇਕ ਬਣੇ ਸੀ ਜਦ ਉਹ ਨਹੀਂ ਛੱਡ ਰਹੇ ਤਾਂ ਇਸ ਤੋਂ ਬਾਅਦ ਹੁਣ 6 ਹੋਰ ਵਿਧਾਇਕ ਨੇ ਸਾਰੇ ਸਾਰੇ 8 ਜਿਹੇ ਵਿਧਾਇਕ ਨੇ ਜਿਨ੍ਹਾਂ ਦਾ ਕਬਜ਼ਾ ਉਸੇ ਤਰ੍ਹਾਂ ਜਾਰੀ ਆ ਤਾਂ ਸਰਕਾਰ ਨੇ ਹੁਣ ਪੰਜਾਬ ਸਰਕਾਰਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਇਹਨਾਂ ਉੱਪਰ ਕਾਰਵਾਈ ਕਰਨ ਦੇ ਹੁਕਮ ਸੁਣਾ ਦਿੱਤੇ ਆ ਉਹਨਾਂ ਆਖਿਆ ਕਿ ਜੇਕਰ ਇਹ ਸਾਬਕਾ ਵਿਧਾਇਕ ਆਪਣੇ ਜੋ ਫਲੈਟ ਨੇ ਸਰਕਾਰੀ ਉਹ ਖਾਲੀ ਨਹੀਂ ਕਰ ਰਹੇ ਤਾਂ ਇਹਨਾਂ ਦੇ ਉੱਪਰ ਹੁਣ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਨਾਂ ਇੱਕ ਅਖੀਰਲਾ ਨੋਟਿਸ ਆਖਰੀ ਨੋਟਿਸ ਭੇਜਿਆ ਕਿ ਤੁਸੀਂ ਛੱਡਦੇ ਹੋ ਪਰ ਉਸ ਦਾ ਕੋਈ ਜਵਾਬ ਹਾਲੇ ਤੱਕ ਕਿਸੇ ਵੀ ਵਿਧਾਇਕ ਵੱਲੋਂ ਨਹੀਂ ਆਇਆ ਸਾਬਕਾ ਵਿਧਾਇਕ ਕਿਸੇ ਨੇ ਉਸ ਦਾ ਜਵਾਬ ਨਹੀਂ ਦਿੱਤਾ ਤਾਂ ਹੁਣ ਉਹਨਾਂ ਆਖਿਆ ਕਿ ਹੁਣ ਇਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵੀ ਮਨਜ਼ੂਰੀ ਦੇ ਦਿੱਤੀ ਆ ਕਿ ਜੋ ਇਹ ਸਾਬਕਾ ਵਿਧਾਇਕ ਨੇ ਜੋ ਫਲੈਟ ਖਾਲੀ ਨਹੀਂ ਕਰ ਰਹੇ ਉਹਨਾਂ ਦੇ ਉੱਪਰ ਹੁਣ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਉੱਪਰ ਕੇਸ ਦਰਜ ਕੀਤਾ ਜਾਵੇ ਉਸ ਤੋਂ ਬਾਅਦ ਇਹ ਜੋ ਫਲੈਟ ਤੋਂ ਉਹਨਾਂ ਉੱਪਰ ਕਬਜ਼ਾ ਆਇਆ ਉਸ ਨੂੰ ਛਡਵਾਇਆ ਜਾਵੇ ਤਾਂ ਹੁਣ ਦੇਖਣਾ ਹੋਵੇਗਾ ਕਿ ਕਦ ਉਹਨਾਂ ਦੇ ਉੱਪਰ ਕਾਰਵਾਈ ਹੁੰਦੀ ਆ ਉਹਨਾਂ ਦਾ ਜੋ ਕਬਜ਼ਾ ਆਇਆ ਸਰਕਾਰੀ ਫਲੈਟਾਂ ਉੱਪਰ ਉਹਨਾਂ ਨੂੰ ਛਡਾਇਆ ਜਾਂਦਾ ਆ ਅਤੇ ਕਦ ਉਹਨਾਂ ਦੇ ਉੱਪਰ ਕਾਰਵਾਈ ਹੁੰਦੀ ਆ ਤਾਂ ਭਗਵੰਤ ਮਾਨ ਦੀ ਸਰਕਾਰ ਹੁਣ ਸਾਬਕਾ ਵਿਧਾਇਕਾਂ ਦੇ ਉੱਪਰ ਕਾਰਵਾਈ ਕਰੇਗੀ ਉਹਨਾਂ ਆਖਿਆ ਕਿ ਹੁਣ ਤੁਹਾਨੂੰ ਅਸੀਂ ਬਹੁਤ ਨੋਟਿਸ ਭੇਜ ਦਿੱਤੇ ਪਰ ਤੁਸੀਂ ਕਿਸੇ ਦਾ ਜਵਾਬ ਨਹੀਂ ਦਿੱਤਾ ਤੁਸੀਂ ਕਬਜ਼ਾ ਨਹੀਂ ਛੱਡਿਆ ਉਸ ਤੋਂ ਪਹਿਲਾਂ ਕਈ ਵਿਧਾਇਕ ਸੀ ਜਿਨ੍ਹਾਂ ਨੇ ਕਬਜ਼ਾ ਛੱਡ ਦਿੱਤਾ ਸੀ ਨੋਟਿਸ ਤੋਂ ਬਾਅਦ ਪਰ ਇਹ ਅੱਠ ਜਿਹੇ ਵਿਧਾਇਕ ਸਾਬਕਾ ਵਿਧਾਇਕ ਨੇ ਜਿਨ੍ਹਾਂ ਨੇ ਕਬਜ਼ਾ ਹਾਰੇ ਤੱਕ ਕਰ ਰੱਖਿਆ ਹੈ ਤਾਂ ਇਸ ਤੋਂ ਬਾਅਦ ਉਹਨਾਂ ਦੇ ਉੱਪਰ ਹੁਣ ਕੇਸ ਦਰਜ ਹੋਵੇਗਾ ਹੋਰ ਖਬਰਾਂ ਦੇ ਲਈ ਦੇਖਦੇ ਰਹੋ ਲੋਕਬਚ ਟੀਵੀ ਧੰਨਵਾਦ